ਅਸੀਂ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਇੰਨਾ ਕੁ ਵਿਅਸਤ ਹਾਂ ਕਿ ਟਾਈਮ ਨਾਲ ਖਾਣਾ ਵੀ ਨਹੀਂ ਖਾਂਦੇ ਵਾਹ ਅਸੀਂ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਇੰਨਾ ਕੁ ਵਿਅਸਤ ਹਾਂ ਕਿ ਟਾਈਮ ਨਾਲ ਖਾਣਾ ਵੀ ਨਹੀਂ ਖਾਂਦੇ ਹੁਣ ਤੱਕ ਸਿਰਫ ਮਾਂ ਦੀਆਂ ਦੁਆਵਾਂ ਕਰਕੇ ਤੁਰੇ ਫਿਰਦੇ ਹਾਂ ਮਿੱਤਰਾ ਨਹੀਂ ਤਾਂ ਲੋਕਾਂ ਦੀਆਂ ਇੰਨੀਆਂ ਕੁ